ਯੁਵਰਾਜ ਹਾਂ ਜੀ ਅੰਮਾ ਪੁੱਤ ਮੈਂ ਤੇਰੇ ਨਾਲ ਸਲਾਹ ਕਰਨੀ ਇੱਕ ਕੀ ਆਪਾਂ ਤੇਰੀ ਭੈਣ ਦਾ ਕੁਝ ਸੋਚੀਏ ਮੇਰਾ ਰੱਦਾਂ ਦਾ ਵਿਆਹ ਕਰ ਛੱਡੀਏ ਹੁਣ ਆਪਣੇ ਸਿਰੋਂ ਭਾਰ ਲੱਥੂਗਾ ਸਹੀ ਗੱਲ ਹੈ ਮੰਮਾ ਹੁਣ ਵਿਆਹ ਦਿੰਦੇ ਹਾਂ ਉਹਨੂੰ ਨਾਲੇ ਸਾਡੀ ਵੀ ਫਿਕਰ ਮੁੱਕੂਗੀ ਆਹੋ ਪੁੱਤ ਮੈਂ ਵੀ ਇਹੋ ਸੋਚਣ ਡਈ ਹਾਂ ਵੀ ਉਹਦੀ ਹੁਣ ਉਮਰ ਹੋਈ ਵਿਆਹੁਣ ਦੀ ਅਤੇ ਜੇ ਕੋਈ ਚੰਗਾ ਰਿਸ਼ਤਾ ਮਿਲਦਾ ਤਾਂ ਆਪਾਂ ਵਿਆਹ ਕਰ ਛੱਡੀਏ ਉਹਦਾ ਹਾਂਜੀ ਮੰਮਾ ਨਾਲੇ ਵਿਆਹ ਤਾਂ ਕਰਨਾ ਹੀ ਆ ਭਾਵੇਂ ਅੱਜ ਕਰੀਏ ਭਾਵੇਂ ਕੱਲ੍ਹ ਫਿਰ ਤੂੰ ਪੁੱਤ ਪਤਾ ਕੀ ਕਰ ਆਹ ਲਾਗਲੇ ਪਿੰਡ ਇੱਕ ਦਰਜੀ ਉਹ ਦੁਕਾਨ ਵੀ ਉਹਨਾਂ ਦੀ ਕਰਿਆਨੇ ਦੇ ਨਾਲ ਅਤੇ ਉਹ ਰਿਸ਼ਤੇ ਕਰਾਉਂਦਾ ਇੱਥੇ ਜਾ ਕੇ ਤਾਂ ਉਹਦੇ ਕੋਲ ਪਤਾ ਕਰਕੇ ਆ ਆਪੇ ਕੋਈ ਰਿਸ਼ਤਾ ਲੱਭ ਕੇ ਦਊਗਾ ਉਹ ਮੰਮਾ ਮੈਨੂੰ ਪਤਾ ਤੁਸੀਂ ਕਿਹਦੀ ਗੱਲ ਕਰਦੇ ਜੇ ਉਹਦਾ ਮੁੰਡਾ ਅਰਸ਼ ਮੇਰਾ ਦੋਸਤ ਆ ਨਾਲੇ ਉਹਦੀ ਤਾਂ ਆਪਣੀ ਘਰ ਦੀ ਰੁਸ ਕੇ ਗਈ ਸਾਲ ਹੋ ਗਿਆ ਉਹ ਤਾਂ ਆਪੇ ਰੋਟੀਆਂ ਪਕਾਉਂਦੇ ਵਿਚਾਰੇ ਨਾਲੇ ਆਪਸ 'ਚ ਲੜੀ ਜਾਂਦੇ ਆ ਚੱਲ ਛੱਡ ਪੁੱਤ ਇਹਨਾਂ ਗੱਲਾਂ ਨੂੰ ਉਹ ਉਹਨਾਂ ਦੇ ਕੋਈ ਘਰ ਦਾ ਮਸਲਾ ਹੋਊਗਾ ਮੈਨੂੰ ਇਹਨਾਂ ਪਤਾ ਵਾ ਵੀ ਉਹ ਰਿਸ਼ਤੇ ਬਹੁਤ ਵਧੀਆ ਕਰਾਉਂਦਾ ਵਾ ਆਹੋ ਮੰਮਾ ਇਹ ਤਾਂ ਮੈਂ ਵੀ ਸੁਣਿਆ ਸੀ ਕਿ ਆਪਣਾ ਤਾਂ ਭਾਵੇਂ ਉਹਦਾ ਘਰ ਵਸਿਆ ਨਹੀਂ ਵਸਿਆ ਪਰ ਉਹ ਦੂਜਿਆਂ 'ਚ ਵਸਾ ਦਿੰਦਾ ਆ ਆਹੋ ਰਿਸ਼ਤੇ ਤਾਂ ਵਧੀਆ ਕਰਾਉਂਦਾ ਵਾ ਜਾਂ ਫਿਰ ਉਹਦੇ ਨਾਲ ਜਾ ਕੇ ਤਾਂ ਗੱਲ ਕਰ ਆ ਇੱਕ ਵਾਰੀ ਆਹੋ ਮੰਮੀ ਕੋਈ ਗੱਲ ਨਹੀਂ ਨਾਲੇ ਤਾਂ ਮੈਂ ਦੱਸਿਆ ਤਾਂ ਹੈਗਾ ਕਿ ਉਹਦਾ ਮੁੰਡਾ ਮੇਰਾ ਦੋਸਤ ਆ ਅਤੇ ਮੈਂ ਉਹਦੇ ਕੋਲ ਲੈ ਲੈਣਾ ਉਹਦੇ ਡੈਡੀ ਦਾ ਨੰਬਰ ਨਹੀਂ ਪੁੱਤ ਫੋਨ ਤੂੰ ਕਰਨਾ ਰਹਿਣ ਦੇ ਉਹਨਾਂ ਨੂੰ ਆ ਲਾਗੇ ਤੋਂ ਉਹਦਾ ਪਿੰਡ ਆ ਜਾ ਕੇ ਆ ਜਿਹੜੀ ਮੂੰਹ 'ਤੇ ਗੱਲ ਹੋ ਜਾਂਦੀ ਉਹਦੀ ਗੱਲ ਹੋਰ ਹੁੰਦੀ ਆ ਆਹੋ ਮੰਮਾ ਮੈਂ ਹੋਰ ਨਾ ਚੱਲ ਠੀਕ ਹੈ ਪੁੱਤ ਮੈਂ ਤੈਨੂੰ ਕੱਪੜੇ ਦਿੰਦੀ ਕੱਢ ਕੇ ਅਤੇ ਜਾ ਕੇ ਤੂੰ ਪਤਾ ਕਰ ਆ ਉਹ ਮੰਮਾ ਕੱਪੜਿਆਂ ਨੂੰ ਕੀ ਹੋਇਆ ਵਾ ਆ ਚੰਗੇ ਭਲੇ ਤਾਂ ਪਾਏ ਆ ਇੱਦਾਂ ਹੀ ਹੋਣਾ ਮੈਂ ਤੁਸੀਂ ਰਹਿਣ ਦਿਓ ਚੱਲ ਮੇਰੀ ਗੱਲ ਸੁਣ ਪੁੱਤ ਬਾਹਰ ਜਾ ਕੇ ਤਾਂ ਆਪਣੇ ਯਾਰਾਂ ਦੋਸਤਾਂ ਲਾਗੇ ਨਾ ਬੈਠਾ ਨਹੀਂ ਆ ਕੇ ਪੱਠੇ ਵੱਢਣੇ ਹੀ ਉਹ ਮੈਨੂੰ ਪਤਾ ਵਾ ਮੈਂ ਨਹੀਂ ਨਾ ਟਾਈਮ ਲਾਉਂਦਾ ਹੁੰਦਾ ਤੁਹਾਨੂੰ ਪਤਾ ਤਾਂ ਹੈਗਾ ਮੇਰਾ ਨਹੀਂ ਫਿਰ ਵੀ ਟਾਈਮ ਨਾਲ ਆਵੀਂ ਮੰਮਾ ਉਹ ਮੈਨੂੰ ਨਾ ਰੋ ਰੋ ਰੋਟੀ ਲਿਆ ਦਿਓ ਉਹ ਮੈਨੂੰ ਨਾ ਅੱਜ ਬਹੁਤ ਭੁੱਖ ਲੱਗੀ ਆ ਵੇ ਹੌਲੀ ਹੌਲੀ ਬੋਲਿਆ ਕਰ ਤੈਨੂੰ ਮੈਂ ਕਿੰਨੀ ਵਾਰ ਆਖਿਆ ਵਾ ਐਵੇਂ ਥੱਥ ਮੱਥੇ ਸਿੰਗੜੀਆਂ ਮਾਰਦਾ ਰਹਿੰਦਾ ਵਾਂ ਲਿਆਉਂਦੀ ਆ ਰੋਟੀ ਤੇਰੇ ਵਾਸਤੇ ਮੈਂ ਅਤੇ ਮੈਂ ਕਿਹੜਾ ਜਾਣ ਕਰਦਾ ਵਾਂ ਮੂੰਹ 'ਚੋਂ ਗੱਲ ਹੀ ਨਿਕਲਦੀ ਮੰਮਾ ਵੇ ਜੇ ਤੇਰੇ ਕੋਲ ਨਹੀਂ ਨਾ ਬੋਲਿਆ ਜਾਂਦਾ ਤਾਂ ਨਾ ਮੂੰਹ ਖੋਲਿਆ ਕਰ ਮਰ ਜਾਣਿਆ ਤੈਨੂੰ ਕਿਸੇ ਨੇ ਰਿਸ਼ਤਾ ਨਹੀਂ ਉਹ ਕਰਨਾ ਕੋਈ ਗੱਲ ਨਹੀਂ ਮੰਮੀ ਮੈਂ ਸਾਰੀਆਂ ਦੋ ਰੋਟੀਆਂ ਦਿਖਾਉਣੀਆਂ ਹੁੰਦੀਆਂ ਵਾਂ ਤੂੰ ਜਿਉਂਦੀ ਰਹਿ ਤਾਂ ਪਕਾਈ ਚੱਲ ਵੇ ਗੱਲ ਸੁਣ ਮੇਰੇ ਕੋਲ ਰੋਟੀਆਂ ਨਹੀਂ ਪੱਕਦੀਆਂ ਮੈਂ ਤੇਰਾ ਠੇਕਾ ਨਹੀਂ ਲਿਆ ਨਾਲੇ ਲਿਆ ਪਕਾਉਣ ਵਾਲੀ ਰੋਟੀ ਕੋਈ ਹੁਣ ਉਹ ਮੰਮੀ ਤੁਸੀਂ ਆਰਾਮ ਨਾਲ ਨਾ ਰੋਟੀ ਲੈ ਕੇ ਦਿਓ ਇਹ ਬਹੁਤੀਆਂ ਗੱਲਾਂ ਨਾ ਮਾਰੋ ਵੀ ਜਿੰਜਰ ਤੂੰ ਗੱਲ ਕਰਨਾ ਹੋ ਜੋ ਸੌ ਕੰਮ ਕਰ ਲਈਦਾ ਵਾ ਨਾ ਤੇਰਾ ਪਤਾ ਲੱਗਦਾ ਨਾ ਹੋਰ ਕੀ ਆ ਨਾਲੇ ਕੀ ਨਹੀਂ ਸਾਰਾ ਦਿਨ ਸਿਰ ਖਾਂਦਾ ਰਹਿੰਦਾ ਮੇਰਾ ਇੱਥੇ ਉਹ ਮੰਮੀ ਜੇ ਕਰ ਲਾ ਗੱਲ ਕੋਈ ਗੱਲ ਨਹੀਂ ਨਹੀਂ ਵੀਰ ਕਰ ਲਾ ਗੱਲ ਤੂੰ ਮੈਂ ਖਲੋਤਾ ਜੇ ਨਹੀਂ ਨਾ ਪਕਾ ਕੇ ਦੇਣੀ ਮੈਂ ਫਿਰ ਆਪੇ ਗੁਰਦਾਰੇ ਖਾਊਂਗਾ ਇਹਦਾ ਨਹੀਂ ਕੁਛ ਵੀ ਹੋ ਸਕਦਾ ਵੀ ਐਵੇਂ ਬੋਲਦਾ ਰਹਿੰਦਾ ਨਾ ਵਾ ਅੱਗੇ ਗੁਰਦੇ ਰੋਟੀ ਖਾ ਕੇ ਆਉਣਾ ਨਾ ਤੂੰ ਕਿਤੇ ਨਾ ਤੂੰ ਵੀ ਆ ਰਿਹਾ ਖਾਲਾ ਨਹੀਂ ਮੈਂ ਤੇਰੀ ਜੂਠੀ ਨਹੀਂ ਖਾਣੀ ਮੈਂ ਵੀ ਬਾਹਰ ਹਕਲਾਉਂਦਾ ਫਿਰੂੰਗਾ ਜੀ ਨਾਲ ਭਰਾ ਛੇਤੀ ਖਾ ਪੱਠੇ ਵੰਡਣ ਜਾਣਾ ਵਾ ਇਹ ਤਾਂ ਨਾ ਮੇਰੀ ਗੱਲ ਸੁਣ ਪੁੱਤ ਦਵਾਈ ਦਵਾਈਏ ਇਹਨੂੰ ਕੋਈ ਕਿੱਦਾਂ ਆ ਬੋਲਦਾ ਜੀ ਕਾਲਾ ਪੈਂਦਾ ਕਿੰਨਾ ਮੰਮਾ ਤੁਹਾਨੂੰ ਪਤਾ ਤਾਂ ਹੈਗਾ ਇਹ ਜਮਾਂਦਰੋਂ ਹੀ ਆ ਨਾਲ ਇਹਦੀ ਕੋਈ ਦਵਾਈ ਨਹੀਂ ਹੁੰਦੀ ਤੁਸੀਂ ਮੇਰੇ ਵਾਸਤੇ ਰੋਟੀ ਪਾ ਕੇ ਲਿਆਓ ਤੂੰ ਆਪਣਾ ਮੂੰਹ ਬੰਦ ਕਰ ਲਾ ਮੰਮੀ ਮੇਰੇ ਹੱਥ ਨਾ ਕੋਈ ਕੁੜੀ ਦਾ ਰਿਸ਼ਤਾ ਆਹੋ ਰਿਸ਼ਤਾ ਲੱਭੋ ਤੈਨੂੰ ਰਿਸ਼ਤਾ ਦੇਣਾ ਕਿਸੇ ਨੇ ਬਹਿ ਜਾ ਆਰਾਮ ਨਾਲ ਜੀ ਜਦੋਂ ਚਪੇੜਨਾ ਮਾਰੀਆਂ ਜਦੋਂ ਗੱਲ ਨਹੀਂ ਆਉਂਦੀ ਤੈਨੂੰ ਕੋਈ ਵੀ ਇਹ ਤਾਂ ਨਾਲੇ ਪੁੱਤ ਚੰਗੇ ਆਪਣੇ ਰਿਸ਼ਤੇ ਨਹੀਂ ਹੁੰਦੇ ਲੋਕੀ ਤਾਂ ਭਾਨੇ ਮਾਰ ਦਿੰਦੇ ਇਹਨੂੰ ਰਿਸ਼ਤਾ ਕਿੱਥੋਂ ਮਿਲੂਗਾ ਕੋਈ ਗੱਲ ਨਹੀਂ ਮੰਮਾ ਤੁਸੀਂ ਟੈਨਸ਼ਨ ਨਾ ਲਓ ਹੋ ਜੂਗਾ ਰਿਸ਼ਤਾ ਨੂੰ ਵੀ ਗੱਲਾਂ ਤਾਂ ਇੱਦਾਂ ਕਰਦਾ ਜਿੱਦਾਂ ਮਹਾਂਪੁਰਖ ਹੁੰਦਾ ਵਾ ਮੰਮਾ ਵੇਖ ਬੋਲੇ ਤਾਂ ਕੋਈ ਜਾਂਦਾ ਨਹੀਂ ਤੇ ਗੱਲਾਂ ਵੇ ਕਿੰਨੀਆਂ ਕਰਦਾ ਹੈ ਵੇ ਕੇਤਨ ਤੂੰ ਵੀ ਇੱਕ ਬੜੀ ਜਾਨ ਖਾਧੀ ਮੇਰੀ ਇੱਕ ਆਹ ਬੈਠਾ ਜਿਹਦਾ ਨਾਮ ਮੈਨੂੰ ਪਤਾ ਲੱਗਦਾ ਕੀ ਗੱਲ ਕਰਦਾ ਕੀ ਨਹੀਂ ਤੁਸੀਂ ਸਤਾਉਂਦੇ ਬੜਾ ਜੇ ਖਾ ਕੇ ਰੋਟੀ ਤੇ ਜਾਓ ਦੋਵੇਂ ਨਿਕਲੋ ਕੰਮ ਕਰੋ ਜਾ ਕੇ ਆਪਣਾ ਕਿਤੇ ਆਪਾਂ ਤਾਂ ਰੋਟੀ ਖਾ ਲਈ ਆ ਹੁਣ ਤਾਂ ਮੈਨੂੰ ਓ ਮੰਮਾ ਜਦੋਂ ਤੱਕ ਇਹਨੇ ਗੱਲ ਪੂਰੀ ਕਰਨੀ ਹੈ ਨਾ ਉਦੋਂ ਤੱਕ ਮੈਂ ਰੋਟੀ ਖਾ ਕੇ ਵਿਹਲਾ ਵੀ ਹੋ ਜਾਣਾ ਤੁਸੀਂ ਮੈਨੂੰ ਰੋਟੀ ਲਿਆ ਦਿਓ ਮੈਂ ਲੈ ਆਵਨੀ ਤੇਰੇ ਵਾਸਤੇ ਚਾਹ ਤੇ ਕਹਿੰਦਾ ਤੇਰੇ ਵਾਸਤੇ ਰੋਟੀ ਲਿਆਉਂਦੀ ਮੈਂ ਸੁੱਖ ਲੈ ਚਾਹ ਕੇਤਨ ਕਿੱਥੇ ਗਿਆ ਰੋਟੀ ਦਿਆ ਆਖਣ ਕੇਤਨ ਉਹਦੇ ਕਮਰੇ 'ਚ ਆਹੋ ਆਹੋ ਏਦਾਂ ਗੱਲ ਕਰ ਹਾਂ ਤੂੰ ਵੀ ਜਾਣ ਹੀ ਖਾਧੀ ਹੱਡੀ ਕਿੱਥੇ ਲੈ ਰੋਟੀ ਪਾਓ ਮੰਮਾ ਤੁਹਾਨੂੰ ਕਾਹਦੀ ਟੈਨਸ਼ਨ ਆ ਵੀ ਪੁੱਤ ਟੈਨਸ਼ਨ ਮੈਨੂੰ ਸੁੱਖਦੀ ਆ ਵੀ ਕਿੱਦਾਂ ਬੋਲਦਾ ਵਾ ਮਾਂ ਵਾ ਨਾ ਕੀ ਕਰਾਂ ਕਿਸੇ ਨੇ ਰਿਸ਼ਤਾ ਨਹੀਂ ਪੋਤੇ ਨੂੰ ਕਰਨਾ ਇੱਦਾਂ ਦੇ ਉਹ ਮੰਮਾ ਤੁਸੀਂ ਟੈਨਸ਼ਨ ਨਾ ਲਓ ਮੈਂ ਤੇਰਾ ਨੂੰ ਵਾਅਦਾ ਕਰਦਾ ਵਾਂ ਜਦ ਤੱਕ ਉਹਦਾ ਨਹੀਂ ਨਾ ਵਿਆਹ ਹੁੰਦਾ ਉਦੋਂ ਤੱਕ ਮੈਂ ਵੀ ਨਹੀਂ ਕਰਾਉਂਦਾ ਵਿਆਹ ਜਦੋਂ ਉਹ ਹੋਊਗਾ ਨਾ ਉਹਦਾ ਉਦੋਂ ਮੈਂ ਵਿਆਹ ਕਰਾਊਂਗਾ ਤੂੰ ਟੈਨਸ਼ਨ ਫ੍ਰੀ ਰਹੋ ਮੈਂ ਲੱਭਦਾ ਉਹਦੇ ਵਾਸਤੇ ਕੋਈ ਰਿਸ਼ਤਾ ਬਾਪੂ ਦਾ ਵੀ ਔਖਾ ਹੋਇਆ ਪਿਆ ਏ ਆਪਣਾ ਮੁੰਡਾ ਕੁੱਠ ਚੀਡਾ ਆ ਉਹਦਾ ਵਿਆਹ ਨਹੀਂ ਕਰਾਉਂਦਾ ਲੋਕਾਂ ਦੇ ਰਿਸ਼ਤੇ ਕਰਾਉਂਦਾ ਫਿਰਦਾ ਏ ਕੀ ਹਾਲ ਅਰਸ਼
ਉਹ ਕਿੱਦਾਂ ਵੀਰ ਜੀ ਕੀ ਹਾਲ ਚਾਲ ਜੇ? ਵਧੀਆ ਵਧੀਆ, ਤੁਸੀਂ ਸੁਣਾਓ? ਸਾਡੇ ਤਾਂ ਵਧੀਆ ਨੇ, ਅੱਜ ਕਿੱਦਾਂ ਆਉਣੇ ਹੋਏ? ਉਹ ਕੁਝ ਨਹੀਂ ਯਾਰ, ਤੇਰੇ ਡੈਡੀ ਨੂੰ ਮਿਲਣਾ ਸੀਗਾ, ਘਰੇ ਨੇ? ਉਹ ਡੈਡੀ ਦੇ ਘਰੇ ਹੀ ਆ, ਤੂੰ ਕੰਮ ਦੱਸ ਕੀ ਕੰਮ ਤੈਨੂੰ? ਯਾਰ ਮੈਨੂੰ ਪਤਾ ਲੱਗਾ ਸੀ ਕਿ ਤੇਰਾ ਡੈਡੀ ਰਿਸ਼ਤੇ ਕਰਾਉਂਦਾ ਆ। ਆਹੋ ਕਰਾਉਂਦਾ ਕਿਉਂ? ਉਹ ਯਾਰ ਅਸੀਂ ਆਪਣੀ ਭੈਣ ਦਾ ਰਿਸ਼ਤਾ ਕਰਨਾ ਸੀ, ਤੇ ਜੇ ਕੋਈ ਵਧੀਆ ਜਿਹਾ ਮੁੰਡਾ ਤੁਹਾਡੀ ਨਿਗਾਹ 'ਚ ਹੈਗਾ ਆ ਤੇ ਦੱਸ ਪਾਓ। ਚੱਲ ਕੋਈ ਨਾ, ਤੇਰੀ ਭੈਣ ਮੇਰੀ ਭੈਣ, ਤੂੰ ਬਹਿ ਜਾ, ਮੈਂ ਡੈਡੀ ਨੂੰ ਬੁਲਾ ਲਿਆਉਣਾ। ਹਾਂ ਡੈਡੀ, ਡੈਡੀ, ਡੈਡੀ। ਹਾਂਜੀ। ਡੈਡੀ ਕਿੰਨਾ ਕੁ ਟਾਈਮ ਕੱਪੜੇ ਧੋਂਦਾ ਫਿਰੇਗਾ? ਉਹ ਮਾਤਾ ਨੂੰ ਲੈ ਆਉਂਦੇ ਆ, ਸਾਡੀ ਜੂਨ ਸੁਧਰ ਜੂਗੀ। ਉਹ ਪੁੱਤ ਲਿਆਉਣ ਨੂੰ ਤਾਂ ਮੇਰਾ ਵੀ ਬੜਾ ਜੀ ਕਰਦਾ, ਪਰ ਬੰਦਾ ਵਿੱਚ ਕਿਹੜਾ ਪਾਵਾਂ ਹੁਣ? ਬੰਦਾ ਉਹੀ ਜਿਹੜਾ ਵਿਆਹ ਵਾਰੀ ਪਾਇਆ ਸੀ ਵਿਚੋਲਾ। ਉਹ ਤਾਂ ਕੰਜਰ ਮੇਰਾ ਬੇੜਾ ਗਰਕ ਕਰਕੇ ਤੇ ਆਪ ਮਰ ਗਿਆ ਤੇ ਮੈਨੂੰ ਪਛਾ ਗਿਆ, ਤੇ ਹੁਣ ਧੰਦਾ ਮੈਨੂੰ ਹੀ ਕਰਨਾ ਪੈਣਾ, ਕਿੰਨੇ ਕਰਨਾ? ਚੰਗਾ ਡੈਡੀ, ਤੇਰੇ ਰੋਣੇ ਨੇ ਮੁੱਕਣੇ। ਉਹ ਦੁਕਾਨ 'ਤੇ ਆਇਆ ਮੇਰਾ ਯਾਰ ਯੁਵਰਾਜ, ਉਹਦਾ ਤੂੰ ਗੱਲ ਸੁਣ ਲਾ, ਉਹਦੀ ਉਹ ਵੀ ਰਿਸ਼ਤਾ ਕਰਨ ਨੂੰ ਫਿਰਦਾ ਕੋਈ। ਚੱਲ ਉਹਦੇ ਨਾਲ ਗੱਲ ਕਰ ਲੈਂਦੇ ਹਾਂ। ਇਹ ਪਿਓ ਪੁੱਤ ਪਤਾ ਨਹੀਂ ਕਿੱਥੇ ਰਹਿ ਗਿਆ। ਸਤਿ ਸ਼੍ਰੀ ਅਕਾਲ ਅੰਕਲ ਜੀ। ਉਹ ਸਤਿ ਸ਼੍ਰੀ ਅਕਾਲ ਪੁੱਤ, ਬਹਿ ਜਾਓ। ਹਾਂਜੀ, ਕਿਵੇਂ ਆਉਣਾ ਆ? ਉਹ ਕੁਝ ਨਹੀਂ ਅੰਕਲ ਜੀ, ਆਉਣਾ ਕਿੱਧਰ ਸੀ, ਉਹ ਅਸੀਂ ਆਪਣੀ ਭੈਣ ਦਾ ਨਾਲ ਰਿਸ਼ਤਾ ਕਰਨਾ ਸੀ, ਅਤੇ ਜੇ ਤੁਹਾਡੀ ਨਿਗਾਹ 'ਚ ਕੋਈ ਹੈਗਾ ਮੁੰਡਾ ਚੰਗਾ ਤਾਂ ਦੱਸ ਪਾਓ। ਉਹ ਪੁੱਤ ਰਿਸ਼ਤੇ ਦਾ ਕੀ, ਰਿਸ਼ਤਾ ਕਰਾ ਦਿਆਂਗੇ, ਰਿਸ਼ਤੇ ਰਿਸ਼ਤੇ ਨੇ ਆਪਣੇ ਕੋਲ, ਗੱਲ ਕਿੱਡੀ ਗਿਆ, ਇਹ ਕਿੰਨਾ ਕੰਮ ਹੈ, ਰਿਸ਼ਤੇ ਕਰਾ ਦਿਆਂਗੇ। ਛੇ ਰਿਸ਼ਤੇ ਆ, ਮੇਰੇ ਵਾਸਤੇ ਕੋਈ ਲੱਭਦੇ ਨਹੀਂ ਆ, ਤਾਂ ਲੋਕਾਂ ਵਾਸਤੇ ਲੱਭੀ ਜਾ। ਕੰਜਰਾ ਚਾਹ ਬਣਾ ਕੇ ਲਿਆ, ਹੋ ਗਾ ਮੁੰਡਾ ਆਇਆ ਉਦੋਂ ਚਾਹ ਪਿਆਈਏ। ਉਹਨਾਂ ਹੀ ਨਹੀਂ ਅੰਕਲ ਜੀ, ਚਾਹ ਨਹੀਂ ਮੈਂ ਪੀਂਦਾ। ਉਹ ਜੇ ਪੁੱਤ ਚਾਹ ਨਹੀਂ ਪੀਂਦਾ ਤਾਂ ਚੂਹ ਲੈ ਆਈਏ, ਲਾ ਲੈਂਦਾ ਘੁੱਟ ਕੇ। ਤੇ ਉਹਨਾਂ ਹੀ ਨਹੀਂ ਅੰਕਲ ਜੀ, ਮੈਂ ਨਹੀਂ ਕਦੀ ਪੀਤੀ, ਅਸੀਂ ਤਾਂ ਸ਼ਰੀਫ ਬੰਦੇ ਹਾਂ। ਉਹ ਚੱਲ ਪੁੱਤ, ਚੰਗੀ ਗੱਲ ਆ, ਨਸ਼ਿਆਂ 'ਚ ਕੀ ਰੱਖਿਆ ਨਹੀਂ ਪੀਂਦਾ ਤਾਂ ਬਹੁਤ ਵਧੀਆ ਗੱਲ ਆ। ਹਾਂਜੀ ਹਾਂਜੀ ਅੰਕਲ ਜੀ, ਨਾਲੇ ਬਾਕੀ ਜਿਹੜੀ ਤੁਹਾਨੂੰ ਮੈਂ ਗੱਲ ਕਹੀ ਆ, ਤੁਸੀਂ ਉਹਦੇ ਵੱਲ ਧਿਆਨ ਦਿਓ ਕਿ ਮੁੰਡਾ ਖਾਂਦਾ ਪੀਂਦਾ ਨਾ ਹੋਵੇ ਤੇ ਵਧੀਆ ਘਰ ਬਾਰ ਹੋਵੇ, ਇਹ ਨਾ ਹੋਵੇ ਕੱਲ੍ਹ ਨੂੰ ਸਾਡੀ ਭੈਣ ਤੰਗ ਹੋਵੇ, ਠੀਕ ਹੈ ਨਾ? ਚੱਲ ਪੁੱਤ, ਇਹ ਤਾਂ ਪੁੰਨ ਦਾ ਕੰਮ ਹੁੰਦਾ ਵਾ ਤੇ ਮਾਂ ਤੇਰਾ ਵਾ ਨਿਗਾ, ਤੇ ਨਾਲੇ ਕੁੜੀ ਪੜ੍ਹੀ ਕਿੰਨੀ ਗਿਆ। ਉਹ ਪੜ੍ਹਾਈ ਅੰਕਲ ਜੀ, ਉਹਨੇ ਪਲੱਸ ਟੂ ਕੀਤੀ ਆ ਤੇ ਹੁਣ ਆਇਲਸ ਲਈ ਆ ਕਰਨ, ਦੇਖੋ ਕੀ ਬਣਦਾ, ਨਾਲੇ ਉਮਰ ਉਹਦੀ ਹੈਗੀ ਆ 21-22 ਸਾਲ। ਬਹੁਤ ਬਹੁਤ ਠੀਕ ਆ, ਤੇ ਕੁੜੀ ਦੀ ਫੋਟੋ ਪਾ ਦਿਓ ਵਟਸਐਪ ਤੇ, ਫਿਰ ਮੈਂ ਵਿਖਾਉਣੀ ਵਿਖਾਉਣੀ ਹੁੰਦੀ ਆ, ਫਿਰ ਨਿਗਾਹ ਮਾਰਦੇ ਰਵਾਂਗਾ। ਠੀਕ ਹੈ ਅੰਕਲ ਜੀ, ਮੈਂ ਆਰਸ਼ ਦੇ ਫੋਨ 'ਤੇ ਪਾ ਦੂੰਗਾ ਫੋਟੋ, ਅਤੇ ਤੁਸੀਂ ਵੀ ਵਧੀਆ ਮੁੰਡਾ ਲੱਭ ਦਿਓ ਕੋਈ, ਅਤੇ ਤੁਹਾਨੂੰ ਵਧੀਆ ਲੱਗਾ ਰਿਸ਼ਤਾ ਤਾਂ ਹੀ ਕਰਨਾ। ਉਹ ਤੂੰ ਫਿਕਰ ਨਾ ਕਰ, ਸਮਝ ਲੈ ਰਿਸ਼ਤਾ ਹੋ ਗਿਆ ਆ। ਹਾਂਜੀ ਹਾਂਜੀ, ਨਾਲੇ ਚਲੋ ਠੀਕ ਹੈ, ਮੈਂ ਜਾਂਦਾ ਹੁਣ, ਉੱਥੇ ਚੱਲਿਆ ਪੱਠੇ ਵੱਢਣ, ਅਤੇ ਮੁੰਡਾ ਲੱਗਾ ਚਾਹ ਬਣਾਉਣ, ਅਤੇ ਨਾਲੇ ਮੰਮੀ ਪੀ ਲਓ, ਅਤੇ ਨਾਲੇ ਇਹ ਵੀ ਪੀ ਲਓ, ਤੂੰ ਵੀ ਪੀ ਕੇ ਜਾਈ। ਨਹੀਂ ਨਹੀਂ ਅੰਕਲ ਜੀ, ਬਸ ਹੁਣ ਬਸ ਘਰ ਚੱਲੀਏ। ਚੱਲ ਪੁੱਤ ਠੀਕ ਹੈ ਫਿਰ, ਉਹ ਤੂੰ ਚਾਹ ਤਾਂ ਬਣਾਉਣੀ ਨਹੀਂ ਗਈ ਅਤੇ ਮੈਂ ਚੱਲਿਆ ਪੱਠੇ ਵੱਢਣ, ਦਾ ਦੁਕਾਨ ਦਾ ਧਿਆਨ ਰੱਖੀ। ਉਹ ਮੈਂ ਕਿਹੜਾ ਬੁਲਾ ਚੱਲ ਚੱਲਿਆ, ਇੱਥੇ ਮਰਨਾ ਮੈਂ ਵੀ? ਇੱਥੇ ਮਰਨਾ ਰੁਕੀ ਕਰਨਾ, ਤੁਸੀਂ ਕਿੱਥੇ ਜਾਣਾ ਆ? ਪਰਛ ਦਾਤਰੀ ਪਤਾ ਨਹੀਂ ਕਿੱਥੇ ਰਹਿ ਗਿਆ, ਸਮਝ ਨਹੀਂ ਲੱਗਦੀ ਯਾਰ, ਕਿੱਥੇ ਸੁੱਟ ਜਾਂਦਾ ਵਾ, ਮੈਂ ਨਾ ਲੱਭਦੀ ਆ। ਉਹ ਸੁੱਖ ਕੋ ਲਿਆਉਂਦਾ ਉਹ ਦਿਖਾਉਣੀ ਆ ਦਾਤਰੀ, ਆਪਣੀ ਮੋਟਰ 'ਤੇ ਆਪਦਾ ਬੈਠਾ। ਵਾਹ ਕਰ ਛੇਤੀ ਕਰ, ਮੈਂ ਅੱਗੇ ਬਾਅਦ ਬੰਨਣ ਜਾਣਾ ਨੱਕਾ। ਮੇਰੀ ਗੱਲ ਸੁਣ ਲਾ, ਮੈਂ ਬਸ ਆਹੀ ਕਰਨਾ ਵਾ, ਉਹ ਬਾਕੀ ਅਗਲਾ ਤੂੰ ਕਰਨਾ ਹੀ ਆਪੇ। ਹਾਂ ਜਦ ਤੱਕ ਤੂੰ ਹਾਂ ਬੰਨਣਾ ਨਾ, ਉਦ ਤੱਕ ਬੱਤੀ ਆਏ ਨਹੀਂ, ਤੇ ਮੈਂ ਅੱਗੇ ਵੀ ਬੰਨ ਕੇ ਆਉਣਾ, ਛੇਤੀ ਕਰ। ਚੰਗਾ ਯਾਰ, ਉਹ ਸੁੱਖ ਦਾ ਰਿਸ਼ਤਾ ਕਰਾਉਣਾ ਵਾ, ਪੈਲੀ ਬਣਾਵਾ ਵਾ, ਤੇ ਨਾਲੇ ਮੁੰਡਾ ਵੀ ਚੰਗਾ ਆ, ਇਹ ਤਾਂ ਹੀ ਕਰਾ ਦਿੰਦੇ ਹਾਂ। ਕਿੱਧਰ ਆਈ ਤੁਸੀਂ, ਨਾਲੇ ਕੀ ਵਹਿੰਦੇ ਨੇ ਮੇਰੇ ਵੱਲ? ਉਹ ਭਰਾ ਕੁਝ ਨਹੀਂ ਹੋਇਆ, ਹੌਸਲਾ ਰੱਖ, ਮੈਂ ਤੇ ਪੱਠੇ ਵੱਢਣ ਆਇਆ ਸੀ ਤੇ ਦਾਤਰੀ ਲੱਭੀ ਨਹੀਂ ਗਈ, ਅਰਸ਼ ਪਤਾ ਨਹੀਂ ਕਿੱਥੇ ਸੁੱਟ ਗਿਆ ਆ। ਅੱਛਾ, ਤੁਸੀਂ ਸਾਡੇ ਕੋਲ ਦਾਤਰੀ ਲੈਣ ਆਏ ਜੇ? ਓਏ ਆਹੋ ਆਹੋ, ਦਾਤਰੀ ਤਾਂ ਮੈਂ ਲੈ ਕੇ ਜਾਣੀ ਆ, ਤੁਹਾਡਾ ਵਿਆਹ ਵੀ ਕਰਾਉਣ ਦਾ ਇਰਾਦਾ ਹੈ ਕੋਈ? ਅੱਛਾ ਅੱਛਾ, ਵਿਆਹ ਵੀ ਕਰਾ ਲੈਂਦੇ ਹਾਂ, ਉਹ ਪਹਿਲਾਂ ਇਹਦਾ ਹੋਊਗਾ ਤੇ ਫਿਰ ਮੈਂ ਕਰਾਊਂਗਾ। ਉਹ ਮੈਨੂੰ ਤਾਂ ਕਿਸੇ ਨੇ ਡੋਲਾ ਦੇਣਾ ਨਹੀਂ ਆ, ਤੂੰ ਵੀ ਨਾ ਕਿਤੇ ਛੜਾ ਰਹਿ ਜੀ। ਯਾਰ ਇਹ ਤਾਂ ਦਿਨੋਂ ਦਿਨ ਗੇਰ ਹੀ ਅੜਦੇ ਜਾਂਦੇ, ਪਹਿਲਾਂ ਤਾਂ ਘੱਟ ਹੀ ਹੋ ਤਾਂ ਲਾਲਾ ਲਾਲਾ ਕਰੀ ਜਾਂਦਾ ਆ। ਚਾਚਾ ਤੇਰੇ ਹੱਥ ਹੀ ਹੈ ਸਭ ਕੁਝ, ਅੱਗੇ ਵੀ ਲੋਕਾਂ ਦੇ ਗੱਲ 'ਚ ਬਥੇਰੇ ਫਾਹ ਪਾਏ ਆ, ਇਹਦੇ ਗੱਲ 'ਚ ਵੀ ਫਾਹ ਪਾ ਦੇ, ਲੱਲੀ ਸਾਡੇ ਕੋਲ 50,000 ਰੁਪਈਆ। ਉਹ ਰਿਸ਼ਤਾ ਤਾਂ ਕਰਾ ਦਾਂਗੇ, ਤੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਹਕਲਾਉਂਦਾ ਹੀ ਬੜਾ, ਤੇ ਫਿਰ ਕੀ ਬਣੂਗਾ? ਚਾਚਾ ਆਪਾਂ ਕਿਹੜਾ ਕਿਸੇ ਤੋਂ ਲੁਕਾ ਰੱਖਣਾ ਕੋਈ? ਉਹ ਕਾਕਾ ਜਿਹੜੇ ਹਿਸਾਬ ਨਾਲ ਤੂੰ ਗੱਲਾਂ ਕਰਦਾ ਵਾਂ, ਤੇ ਇੱਦਾਂ ਦੇ ਪਾਣੀ ਵਾਰਿਆ ਗਿਆ ਆ। ਉਹ ਫਿਰ ਚਾਚਾ ਤੂੰ ਹੀ ਕੱਢ ਕੋਈ ਤਰੀਕਾ। ਉਹ ਕਾਕਾ ਰਿਸ਼ਤਾ ਤਾਂ ਇੱਕ ਹੈਗਾ ਆ, ਪਰ ਇਹਨੂੰ ਤਿਆਰ ਤੂ ਕਰਕੇ ਰੱਖਿਓ, ਪਰ ਕੂਵੇ ਨਾ, ਜੇ ਕੂਵਿਆ ਤਾਂ ਫਿਰ ਰਿਸ਼ਤਾ ਨਹੀਂ ਜੇ ਚੜ੍ਹਨਾ। ਚਾਚਾ ਇਹ ਗੱਲ ਦੀ ਟੈਂਸ਼ਨ ਨਾ ਲੈ ਤੂੰ, ਰਿਸ਼ਤਾ ਲਿਆ ਸਵੇਰੇ, ਬਾਕੀ ਮੈਂ ਇਹਨੂੰ ਸਮਝਾ ਦੂੰਗਾ।
ਉਹ ਚੱਲ ਠੀਕ ਆ ਪਰ ਰੁਪਈਆ 50,000 ਯਾਦ ਰੱਖਿਓ ਇਹ ਨਾ ਭੁੱਲ ਜਿਓ ਉਹ ਯਾਦ ਆ ਚਾਚਾ ਤੂੰ ਫਿਕਰ ਨਾ ਕਰ ਪਰ ਰਿਸ਼ਤਾ ਸਿਰੇ ਚੜ੍ਹਦੀ ਸਾਡਾ ਚੱਲ ਪੁੱਤ ਤਿਆਰ ਰਹੋ ਹੁਣ ਮੈਂ ਚੱਲਦਾ ਹਾਂ ਅਤੇ ਟਾਈਮ ਨਾਲ ਸਵੇਰੇ ਮੁੰਡੇ ਨੂੰ ਤਿਆਰ ਕਰ ਛੱਡਿਓ ਓਏ ਉਹ ਤਾਂ ਠੀਕ ਆ ਅੰਕਲ ਭਰਾ ਤੂੰ ਆਪਣੀ ਦਾਤਰੀ ਲੱਭ ਕੇ ਪੱਠੇ ਵੱਲ ਨੂੰ ਜਿਨ ਚਿਰ ਤੂੰ 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 ਕਰਦੇ ਰਹਿਣਾ ਉਹਨੂੰ ਚਿਰ ਮੈਂ ਵੱਢ ਕੇ ਪਿੰਡ ਵੀ ਚਲ ਜਾਣਾ ਹੈ ਉਹ ਚੱਲ ਭਰਾ ਛੇਤੀ ਕਰ ਤੈਨੂੰ ਘਰ ਜਾ ਕੇ ਸਮਝਾਵਾਂ ਕਿਹਦੇ ਲਾਗੇ ਕਿੱਦਾਂ ਬਹੀਦਾ ਵਾ ਵੇ ਕਿਤੇ ਨਾ ਵੇ ਪਤਾ ਕਰਨਾ ਪੁੱਤ ਫੋਨ ਕਰਕੇ ਵਿਚੋਲਿਆਂ ਦਾ ਕਿੱਥੇ ਰਹਿ ਗਏ ਆ ਉਹ ਮੰਮਾ ਕਰਦਾ ਵਾਂ ਟਾਈਮ ਤੇ ਉਹਨਾਂ ਨੇ ਇਹੋ ਦਿੱਤਾ ਹਜੇ ਤੱਕ ਆਏ ਕਿਉਂ ਨਹੀਂ ਘਰ ਫਿਰ ਬਹੁ ਖਲੋਇਓ ਮੈਂ ਵਾਂ ਬੰਨ ਨਾ ਬੂਟ ਜੇ ਹੈਲੋ ਹੈਲੋ ਹਾਂਜੀ ਵੀਰ ਜੀ ਕਿੱਥੇ ਜੇ ਵੀਰ ਜੀ ਘਰੇ ਹੀ ਆ ਪਤ ਅਤੇ ਆਪਣੇ ਪਾਪਾ ਨੂੰ ਕਹਿਣਾ ਹੁਣ ਟਾਈਮ ਕਿੰਨਾ ਹੋ ਗਿਆ ਵਾ ਉਹ ਡੈਡੀ ਦੇ ਰਿਸ਼ਤੇਦਾਰਾਂ 'ਚ ਮੌਤ ਹੋ ਗਈ ਆ ਉਹ ਡੈਡੀ ਉੱਥੇ ਚੱਲ ਗਏ ਨੇ ਹਾਏ ਹਾਏ ਰੱਬਾ ਉਹ ਸ਼ਗਨਾਂ ਦੇ ਕੰਮ ਹੀ ਤੁਸੀਂ ਮੌਤ ਦੇ ਸਿਆਪੇ ਸੁਣਾਤੇ ਸਾਨੂੰ ਉਹ ਕੋਈ ਨਾ ਮੈਂ ਆਉਣ ਲੱਗਾ ਬਾਪੂ ਨੂੰ ਕਿਹਾ ਤੂੰ ਚੱਲ ਜੀ ਲੈ ਕੇ ਉਹ ਚੱਲ ਭਰਾ ਛੇਤੀ ਆਓ ਉਹ ਆਉਂਦੇ ਹਾਂ ਕਿਤੇ ਤੁਹਾਡੇ ਸਿਆਪੇ ਨਹੀਂ ਮੁੱਕਦੇ ਆਉਣ ਲੱਗੇ ਹਾਂ ਆਪਾਂ ਭਰਾ ਕਾਹਦੇ ਸਿਆਪੇ ਆ ਸ਼ਗਨਾਂ ਦੇ ਕੰਮ ਹੈ ਉੱਤੋਂ ਤੁਸੀਂ ਸਾਨੂੰ ਮੌਤ ਦੀ ਗੱਲ ਸੁਣਾ ਦਿੱਤੇ ਆ ਗਏ ਭਰਾ ਆ ਗਏ ਹਾਂ ਉਹ ਚਾਹ ਭਰਾ ਵੀ ਕੀ ਗੱਲ ਹੋ ਗਈ ਆ ਸਿਰ 'ਤੇ ਹੱਥ ਰੱਖ ਕੇ ਬਹਿ ਗਿਆ ਵਾਂ ਮੰਮੀ ਵਿਚੋਲੇ ਨੂੰ ਫੋਨ ਲਾਇਆ ਸੀ ਨਾ ਅਤੇ ਉਹਦਾ ਮੁੰਡਾ ਆਉਂਦਾ ਵੀ ਸਾਡੇ ਰਿਸ਼ਤੇਦਾਰਾਂ ਵਿੱਚ ਕਿਤੇ ਮਰਗ ਹੋ ਗਈ ਆ ਅਤੇ ਬਾਪੂ ਕੋਈ ਆਇਆ ਜਾਣਾ ਮੈਂ ਆਉਣ ਲੱਗਾ ਚੱਲ ਕੋਈ ਨਹੀਂ ਉਹਦਾ ਮੁੰਡਾ ਤਾਂ ਆਊ ਨਾ ਉਹਨਾਂ ਦੇ ਨਾਲ ਆਹੋ ਉਹ ਤਾਂ ਆਊਗਾ ਨਾ ਸੁੱਖ ਕਿੱਥੇ ਆ ਸੁੱਖ ਤਿਆਰ ਹੋਣ ਡਿਆ ਪਤਾ ਨਹੀਂ ਕਿੱਡੀ ਕੁ ਤਿਆਰੀ ਇਹਦੀ ਕਿਤੇ ਲੰਮੀ ਆ ਉਹ ਸੁੱਖ ਸੁੱਖ ਉਹ ਆ ਜਾ ਕਦੋਂ ਤਿਆਰ ਹੋਣ ਡਿਆ ਤੂੰ ਭਰਾਵਾ ਮੈਨੂੰ ਤਾਂ ਉਹ ਕੀਰਤਨ ਵੀਰ ਭਲਾ ਮੇਰੀ ਦੱਸੀ ਉਹ ਪੱਗ ਉਹ ਠੀਕ ਹੈ ਤੇਰੀ ਇੱਧਰ ਆ ਨਾ ਮੇਰੀ ਗੱਲ ਸੁਣ ਬਹਿ ਇੱਥੇ ਹਾਂ ਦੱਸ ਉਹ ਮੇਰੀ ਗੱਲ ਸੁਣ ਹੁਣ ਤੂੰ ਜਿੰਨਾ ਬੋਲਣਾ ਨਾ ਬੋਲ ਲਾ ਜਦੋਂ ਉਹ ਆ ਗਏ ਨਾ ਤੂੰ ਬੋਲਣਾ ਨਹੀਂ ਹੈ ਬਸ ਹਾਂ ਅਤੇ ਨਾ ਕਰਨੀ ਉਹ ਵੀ ਸਿਰ ਦੇ ਨਾਲ ਇੱਦਾਂ ਕਰਨਾ ਵਾ ਤਾਂ ਐਂ ਕਰਨਾ ਬੋਲਣਾ ਨਹੀਂ ਉਹਨਾਂ ਦੇ ਸਾਹਮਣੇ ਦੱਸ ਮੈਂ ਨਹੀਂ ਪਾਗਲ ਤੂੰ ਭਰਾ ਤੂੰ ਸਿਆਣਾ ਸਾਡੇ ਨਾਲੋਂ ਸੁੱਖ ਜਿੱਦਾਂ ਤੈਨੂੰ ਕਿਤੇ ਨੇ ਸਮਝਾਇਆ ਨਾ ਹੁਣ ਉੱਦਾਂ ਹੀ ਕਰੀ ਪੁੱਤ ਬੋਲੀ ਨਾ ਤੂੰ ਜੇ ਤੈਨੂੰ ਗੱਲ ਵੀ ਪੁੱਛਣਗੇ ਨਾ ਤੂੰ ਤਾਂ ਪੁੱਤ ਤੂੰ ਨਾ ਦੱਸੀ ਕੁਛ ਵੀ ਅਸੀਂ ਸਾਰਾ ਕੁਝ ਦੱਸਾਂਗੇ ਆਹੋ ਉਹੀ ਨਾ ਗੱਲ ਹੋ ਜਾਏ ਤੇਰੇ ਨਾਲ ਬਾਅਦ ਵੀ ਨਾ ਤਾਂ ਧੋਤਰਿਆ ਜੇ ਅਤੇ ਨੱਕ 'ਤੇ ਮੱਖਾ ਬਹਿ ਜੇ ਪਾਗਲਾ ਮੱਖਾ ਨਹੀਂ ਹੁੰਦਾ ਮੱਕੀ ਹੁੰਦੀ ਆ ਆਹ ਤੂੰ ਬਹੁਤਾ ਸਿਆਣਾ ਵਾ ਉਹਨਾਂ ਸਾਹਮਣੇ ਨਾ ਬੋਲੀ ਤਾਂ ਵੀ ਤੁਸੀਂ ਤਾਂ ਦੋਵੇਂ ਸ਼ਦਾਈ ਜੇ ਨਾਲ ਮੈਨੂੰ ਵੀ ਸ਼ਦਾਨ ਕਰ ਛੱਡਿਆ ਵਾ ਸੁੱਖ ਤੂੰ ਪੁੱਤ ਬੋਲੀ ਨਾ ਜੇ ਤੈਨੂੰ ਬੁਲਾਉਣਗੇ ਫਿਰ ਬੋਲੀ ਨਾ ਹੈਲੋ ਹਾਂਜੀ ਵੀਰ ਜੀ ਹਾਂ ਬਸ ਗੇਟ ਕਾੜੀ ਆ ਗਏ ਆਪਾਂ ਵੀ ਆ ਗਏ ਹਾਂਜੀ ਉਹ ਤੂੰ ਬੈਰਾ ਭਰਾਵਾ ਮੇਰੀ ਗੱਲ ਸੁਣ ਲਾ ਜੇ ਤੇਰੇ ਕੋਲ ਜੋ ਵੀ ਪੁੱਛਣਗੇ ਨਾ ਤੂੰ ਚੁੱਪ ਰਹਿਣਾ ਮੂੰਹ 'ਚੋਂ ਜ਼ੁਬਾਨ ਹੀ ਨਿਕਲਣੀ ਚਾਹੀਦੀ ਤੇਰੇ 'ਤੇ ਮੈਂ ਆ ਗਿਆ ਜੀ ਆ ਜਾਓ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਯਾਰ ਇਹ ਸਾਰੇ ਇੱਕ ਦੂਜੇ ਦੇ ਗੁੱਡੀਆਂ ਥੜੇ ਲਾਉਣ ਚੱਲ ਮੈਂ ਵੀ ਲਾ ਹੀ ਦਿੰਦਾ ਵਾਂ ਨਾ ਮੈਂ ਇੱਧਰੋਂ ਸਟਾਰਟ ਕਰਦਾ ਵਾਂ ਸੰਸਕਾਰੀ ਲੱਗਦਾ ਵਾ ਇਹ ਤਾਂ ਸਾਰੇ ਛੋਟੇ ਵੱਡੇ ਨੂੰ ਮੱਥਾ ਟੇਕੀ ਜਾਂਦਾ ਹਾਂਜੀ ਭੈਣ ਜੀ ਦੋਵੇਂ ਬੱਚੇ ਸਾਡੇ ਬੜੇ ਚੰਗੇ ਜੀ ਕਹਿੰਦੇ ਨਾ ਇੱਥੇ ਪੁੱਤ ਬਹਿ ਆ ਕੇ ਸੁੱਖ ਲੱਗੇ ਅਤੇ ਮੈਂ ਚਾਹ ਬਣਾ ਕੇ ਲਿਆਵਾਂ ਯੁਵਰਾਜ ਤੁਸੀਂ ਦੋਵੇਂ ਜਾਣੇ ਮੇਰੇ ਲਾਗੇ ਆ ਕੇ ਬਹੁਤ ਮੁੰਡਾ ਤਾਂ ਮੈਨੂੰ ਸੋਹਣਾ ਲੱਗਦਾ ਜੇ ਹਾਂ ਪੁੱਤ ਕਿੱਥੋਂ ਤੱਕ ਪੜਿਆ ਤੂੰ ਆਂਟੀ ਇਹ ਪਲੱਸ ਟੂ ਤੱਕ ਪੜ੍ਹਿਆ ਜੇ ਅਤੇ ਖੇਤੀਬਾੜੀ ਦਾ ਸਾਰਾ ਕੰਮ ਕਰਦਾ ਵਾ ਅਤੇ ਕਬੀਲਦਾਰੀ ਸਾਰੀ ਇਹਦੀ ਘਰ ਦੀ ਇਹਦੇ ਕੋਲ ਹੀ ਠੀਕ ਹੈ ਠੀਕ ਹੈ ਚੱਲ ਇਹ ਤਾਂ ਪੁੱਤ ਵਧੀਆ ਵਾ ਤਾਂ ਤੂੰ ਪਲੱਸ ਟੂ ਕਿੱਥੇ ਕੀਤੀ ਆ ਕਿਹੜੇ ਸਕੂਲ 'ਚ ਕੀਤੀ ਆ ਉਹ ਇਹਨੇ ਨਾ ਕਾਲੇ ਫਗਾਨੇ ਕੀਤੀ ਜੇ ਓਹੋ ਸੱਚ ਸੱਚ ਇਹਨੇ ਦਸ਼ਮੇਸ਼ ਕੀਤੀ ਜੇ ਪਲੱਸ ਟੂ ਦਸਵੀਂ ਦਿਨ ਕਾਲੇ ਕੀਤੀ ਆ ਉਹ ਜਿਹੜੀ ਗੱਲ ਪੁੱਛਣ ਡਿਆ ਮੁੰਡੇ ਦਾ ਭਰਾ ਦੱਸੀ ਜਾਂਦਾ ਵਾ ਕੀ ਗੱਲ ਮੁੰਡਾ ਬੋਲਦਾ ਕਿ ਗੁੰਗਾ ਗੰਗਾ ਤੇ ਕਿਤੇ ਉਹ ਮੈਨੂੰ ਕੀ ਪਤਾ ਡੈਡੀ ਨੂੰ ਪੁੱਛ ਲੈ ਜਾ ਕੇ ਕਰੋਲਾ ਵਾਲੀ ਪਈ ਜਾਣਾ ਆ ਕੀ ਹੋ ਗਿਆ ਵੀਰ ਇਹਨੇ ਗੁੱਸੇ ਕਾ ਤਾਂ ਬੋਲਣ ਡੇ ਜੇ ਹੁਣ ਆ ਗਈ ਆ ਪੁੱਛਨੇ ਭਰਾ ਕਿਉਂ ਨਹੀਂ ਬੋਲ ਤੇਰਾ ਮੈਂ ਕਿਹਾ ਡੈਡੀ ਨੂੰ ਪੁੱਛ ਲੈ ਜਾ ਕੇ ਮੁੰਡਾ ਬੋਲਦਾ ਤੇ ਬੜਾ ਵਾ ਇਹਦੀਆਂ ਗੱਲਾਂ ਸੁਣ ਸੁਣਦੇ ਸਾਨੂੰ ਰਾਤ ਪੈ ਜਾਂਦੀ ਹੈ
ਨਾਲੇ ਇਹ ਸੰਗਦਾ ਬੜਾ ਜੇ। ਚਲੋ ਉਹ ਤਾਂ ਤੁਹਾਡੀ ਗੱਲ ਠੀਕ ਆ, ਪਰ ਫਿਰ ਵੀ ਥੋੜ੍ਹਾ ਬਹੁਤਾ ਤਾਂ ਬੋਲੇ, ਇੰਨਾ ਕੌਣ ਸੰਗਦਾ ਅੱਜ ਕੱਲ੍ਹ ਦੇ ਜ਼ਮਾਨੇ 'ਚ, ਕਿਤੇ ਗੂੰਗਾ ਤਾਂ ਨਹੀਂ ਤੁਹਾਡਾ ਮੁੰਡਾ? ਨਹੀਂ ਵੀਰ ਜੀ, ਮੁੰਡਾ ਤਾਂ ਬੋਲਦਾ ਵਾ, ਹੁਣੇ ਤੁਹਾਨੂੰ ਬੋਲ ਕੇ ਦੱਸਦਾ ਵਾ। ਕੀ ਵਧੀਆ ਬੋਲਣਾ ਵਾ, ਕੀ ਹਾਲ ਆ? ਹਾਂ ਤਾਂ ਵਧੀਆ ਬੋਲਣਾ ਵਾ, ਬੋਲੇਗਾ ਨਾ ਪੱਕਾ 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 ਨਾ, ਇਹ ਸਾਡੀ ਬੇਇੱਜ਼ਤੀ ਨਾ ਕਰਾ ਦੀ ਤੂੰ, ਬਸ ਨਾ ਧੱਕਾ ਲਾ ਦੀ। ਚੱਲ ਠੀਕ ਹੈ, ਮੈਂ ਲਾ ਦੂੰਗਾ, ਠੀਕ ਆ, ਜਦੋਂ ਮੈਂ ਕਹੂੰਗਾ ਨਾ ਉਦੋਂ ਬੋਲੀ। ਆਹ ਵੇਖਿਓ ਮੁੰਡਾ ਤਾਂ ਹੁਣੇ ਬੋਲ ਕੇ ਦੱਸ ਲੱਗਾ, ਬੋਲ ਕੀ ਹਾਲ ਆ? ਅੰਮਾ ਮੁੰਡੇ ਗੜਬੜ ਲੱਗਣ ਡੀ ਜੇ, ਪਤਾ ਨਹੀਂ ਮੁੰਡਾ ਕੀ ਕਰੀ ਜਾਂਦਾ ਆ। ਗੜਬੜ ਪੁੱਤ ਕਾਹਦੀ ਆ, ਸੋਹਣਾ ਸੁਨੱਖਾ ਮੁੰਡਾ ਵਾ, ਭੈਣੀਆਂ ਵਿਚਾਰ ਆਉਣ ਡੀਆਂ। ਨਹੀਂ ਨਹੀਂ, ਮੈਨੂੰ ਤਾਂ ਅਦਾਲਤ 'ਚ ਕੁਛ ਕਾਲਾ ਲੱਗਣ ਡਿਆ ਜੇ। ਉਹ ਕੁਛ ਨਹੀਂ ਹੋਇਆ, ਚਲੋ ਪਹਿਲਾਂ ਚਾਹ ਪੀਓ, ਚਲੋ ਭੈਣ ਜੀ ਫੜੋ ਚਾਹ ਪੀਓ। ਹਲੋ, ਕੋਈ ਨਹੀਂ ਭੈਣ ਜੀ, ਚਾਹ ਬਾਅਦ 'ਚ ਪੀਂਦੇ ਹਾਂ, ਮੈਨੂੰ ਮੁੰਡਾ ਤੁਹਾਡਾ ਪਸੰਦ ਆ, ਆਪਾਂ ਪਹਿਲਾਂ ਉਹਨੂੰ ਪਿਆਰ ਦੇ ਲਈਏ। ਵਧਾਈਆਂ ਹੁਣ ਫਿਰ, ਓ ਵਧਾਈਆਂ ਹੁਣ। ਕੇਤਨ ਵੀਰ ਤੇਰੇ ਨੱਕ 'ਤੇ ਚੂਹਾ ਲੱਗਾ, ਆਂਟੀ ਜੀ ਨੱਕ 'ਤੇ ਚੂਹਾ ਲੱਗਾ। ਹੁਣ ਤੇਰਾ ਬੜਾ ਵੱਖੀਆਂ ਸਾਰੀ ਹਾਸਾ ਨਿਕਲਣ ਡਿਆ ਵਾ, ਤੂੰ ਸਾਡੀ ਕੁੜੀ ਡੋਬ ਕੇ ਰੱਖ ਦੇਣ ਲੱਗਾ ਹਾਂ। ਉੱਠ ਜਿਹੜਾ ਚੱਲੀਏ ਘਰ ਨੂੰ, ਬਥੇਰੇ ਸਾਡੀ ਕੁੜੀ ਨੂੰ, ਅਸੀਂ ਆਪਦੇ ਹਕਲੇ ਦੇ ਨਾਲ ਆਪਣੀ ਕੁੜੀ ਵਿਆਹਣੀ ਹੈ, ਡੋਬਣੀ ਅਸੀਂ ਕੁੜੀ ਧੋਖਾ ਕਰਦੇ ਲੱਗੇ ਸੀ ਆੜੇ ਨਾਲ। ਨਹੀਂ ਭੈਣ ਜੀ, ਮੁੰਡਾ ਸਾਡਾ ਇੱਦਾਂ ਦਾ ਨਹੀਂ ਜੀ, ਉਹ ਤਾਂ ਹੱਸੇ ਹੱਸੇ ਨਾਲ ਉੱਦਾਂ ਜਾਣ ਕੇ ਡਿਆ ਕਰਨ ਮਖੌਲ ਤੁਹਾਨੂੰ। ਹੱਸਦਾ ਹੱਸਦਾ ਕੁਛ ਨਹੀਂ ਤੁਹਾਡਾ ਮੁੰਡਾ, ਮੈਂ ਤੁਹਾਨੂੰ ਦੱਸਾਂ ਮੁੰਡਾ ਤਾਂ ਪਾਗਲ ਲੱਗਣ ਡਿਆ, ਮੁੰਡਾ ਤੁਹਾਡਾ ਸਕਲਾ ਹੋਣ ਡਿਆ ਵਾ, ਗੱਲ ਤੇਰੇ ਕੋਲ ਹੋਣ ਨਹੀਂ ਡਈ ਹੈਗੀ, ਸਾਰਾ ਬੇੜਾ ਗਰਕ ਤੇ ਆਪ ਚੋਲੇ ਦਾ ਹੋਣ ਡਿਆ ਵਾ। ਮੇਰਾ ਕੀ ਕਸੂਰ ਆ, ਮੇਰੇ ਡੈਡੀ ਦਾ ਕਸੂਰ ਉਹਨੂੰ ਪੁੱਛੋ ਜਾ ਕੇ, ਉਹਦੀ ਤਾਂ ਆਪਣੀ ਨਾਲ ਦੀ ਰੁਸ ਕੇ ਗਈ ਆ, ਉਹਨੇ ਤੁਹਾਨੂੰ ਰਿਸ਼ਤਾ ਕੀ ਕਰਾਉਣਾ, ਨਾਲੇ ਸਾਰਾ ਦਿਨ ਤਾਂ ਰੋਟੀਆਂ ਮੈਂ ਪਕਾਉਣਾ ਰਹਿਣਾ। ਜਵਰਾਜ ਉੱਠ ਪੁੱਤ, ਅਸੀਂ ਤਾਂ ਸਦਾਈਆਂ ਟੱਬਰ 'ਚ ਫਸ ਚੱਲੇ ਹਾਂ, ਬਚ ਗਈਆਂ ਸ਼ੁਕਰਿਆ, ਸਾਡੀ ਕੁੜੀ ਡੁੱਬ ਜਾਣੀ। ਆਂਟੀ ਜੀ, ਵੀਰ ਜੀ, ਵੀਰ ਚੱਲ ਚੁੱਪ ਕਰ, ਜਾ ਕੇ ਚੂਹੇ ਸਾਫ਼ ਕਰ ਆਪਣੇ, ਤੂੰ ਵੀ ਚੁੱਪ ਕਰ ਜਾ, ਐਵੇਂ ਟਰੈਕਟਰ ਜਿਹਾ ਚਲਾਈ ਜਾਣਾ ਥੱਥਿਆ ਜਿਹਾ। ਚਲੋ ਚੰਗਾ ਫਿਰ, ਘਬਰਾਉਣ ਦੀ ਲੋੜ ਨਹੀਂ, ਜੇ ਚੰਗੇ ਰਿਸ਼ਤੇ ਚਾਹੀਦੇ ਨਾ ਆਪਣੇ ਨੱਕ ਸਾਫ਼ ਕਰਕੇ ਰੱਖਿਆ ਕਰੋ। ਜਦੋਂ ਕੰਜਰਾ ਤੈਨੂੰ ਆਖਿਆ ਸੀ ਨਾ ਬੋਲੀ, ਖਲੋਈ ਰਾ, ਤੈਨੂੰ ਆਖਿਆ ਸੀ ਨਾ ਬੋਲੀ, ਚੂਹਾ ਲੱਗਾ ਤੇਰੇ ਮੂੰਹ ਚ ਪੈ ਚੱਲਿਆ, ਤੇਰੇ ਹੱਟਦਾ ਹੀ ਨਹੀਂ ਇਹ ਕੰਜਰਾ, ਹੱਟਦਾ ਹੀ